ਅਤੇ ਮੈਂ ਆਪਣੇ ਬੇਡ ਤੋਂ ਬਹੁਤ ਪਰੇਸ਼ਾਨ ਸੀਗੀ, ਤੁਰਦੀ ਸੀ, ਮੈਨੂੰ ਸਾਹ ਚੜ੍ਹਦਾ ਸੀ, ਮੈਨੂੰ ਬੇਬੀ ਦੀ ਪ੍ਰੋਬਲਮ ਆ ਰਹੀ ਸੀ, ਮੈਨੂੰ ਸਮਝ ਹੀ ਨਹੀਂ ਲੱਗਦੀ ਸੀ ਮੈਂ ਕੀ ਕਰਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇੰਦਰਜੀਤ ਕੌਰ ਹੈ, ਮੈਂ ਇੰਦਰ USA ਦੀ ਸਿਟੀਜ਼ਨ ਹਾਂ। ਅਤੇ ਮੈਂ ਆਪਣੇ ਬੇਡ ਤੋਂ ਬਹੁਤ ਪਰੇਸ਼ਾਨ ਸੀਗੀ, ਮੈਂ ਕਾਫੀ ਦੇਰ ਤੋਂ ਟਰਾਈਆਂ ਕਰ ਰਹੀ ਸੀ ਵੇਟ ਲੋਸ ਦੀਆਂ, ਹਰਬਲ ਪ੍ਰੋਡਕਟ ਯੂਜ ਕੀਤਾ, ਲੇਜ਼ਰ ਸਰਜਰੀ ਟਰਾਈ ਕੀਤੀ, ਪਰ ਮੇਰੇ ਕਿਸੇ ਵੀ ਚੀਜ਼ ਨਾਲ ਪਰਮਾਨੈਂਟ ਫਰਕ ਨਹੀਂ ਪੈ ਰਿਹਾ, ਟੈਂਪਰੇਰੀ ਠੀਕ ਘਟਦਾ ਸੀ, ਫਿਰ ਮੇਰਾ ਵੇਟ ਅਗੇਨ ਹੋ ਜਾਂਦਾ ਸੀ, ਅਤੇ ਫਿਰ ਮੈਂ ਬਹੁਤ ਅਪਸੈਟ ਹੋ ਗਈ ਅਤੇ ਮੈਨੂੰ ਬੇਬੀ ਕੰਸੀਵ 'ਚ ਵੀ ਬਹੁਤ ਪ੍ਰੋਬਲਮ ਆ ਰਹੀ ਸੀ। ਅਤੇ ਫਿਰ ਮੇਰੀ ਸਿਸਟਰ ਨੇ ਮੈਨੂੰ ਡਾਕਟਰ ਸੂਪ ਬਾਰੇ ਦੱਸਿਆ, ਜੋ ਕਿ ਮੋਗੇ 'ਚ ਰਹਿੰਦੇ ਨੇ, ਅਤੇ ਮੈਂ ਕਾਫੀ ਡਾਕਟਰ ਸੂਤ ਬਾਰੇ ਪਤਾ ਕੀਤਾ, ਇਹਨਾਂ ਬਾਰੇ ਕੀ ਕਿੱਦਾਂ ਸਰਜਰੀ ਕਰਦੇ ਆ, ਕੀ ਕਰਦੇ ਆ, ਫਿਰ ਮੇਰੇ ਹਸਬੈਂਡ ਨਾਲ ਡਿਸਕਸ ਕੀਤੀ, ਅਤੇ ਫਿਰ ਮੈਂ USA ਤੋਂ ਬੈਕ ਇੰਡੀਆ ਆਈ ਡਾਕਟਰ ਸੂਤ ਨੂੰ ਮਿਲਣ ਲਈ। ਜਦੋਂ ਮੈਂ ਇੱਥੋਂ ਆ ਕੇ ਵੀ ਡਾਕਟਰ ਸੂਤ ਬਾਰੇ ਪੁੱਛਿਆ, ਆਸੇ ਪਾਸੇ ਸਾਰਿਆਂ ਨੇ ਬਹੁਤ ਗੁੱਡ ਰੈਫਰੈਂਸ ਦਿੱਤਾ ਡਾਕਟਰ ਸੂਤ ਦਾ, ਫਿਰ ਮੈਂ ਪਰਸਨਲੀ ਇਹਨਾਂ ਦੇ ਸੈਂਟਰ 'ਚ ਮੋਗੇ ਆ ਕੇ ਇਹਨਾਂ ਨੂੰ ਮਿਲੀ, ਅਤੇ ਇਹਨਾਂ ਨੂੰ ਆਪਣੀ ਪ੍ਰੋਬਲਮਸ ਦੱਸੀ, ਮੈਨੂੰ ਕੀ ਪ੍ਰੋਬਲਮਸ ਆ, ਜਦੋਂ ਮੈਂ ਤੁਰਦੀ ਸੀ ਮੈਨੂੰ ਸਾਹ ਚੜ੍ਹਦਾ ਸੀ, ਮੈਨੂੰ ਬੇਬੀ ਦੀ ਪ੍ਰੋਬਲਮ ਆ ਰਹੀ ਸੀ, ਆਲਮੋਸਟ ਮੈਨੂੰ 13-14 ਸਾਲ ਹੋ ਗਏ ਸੀ ਬੇਬੀ ਤੋਂ, ਅਤੇ ਜਦੋਂ ਮੈਂ USA ਟੈਸਟ ਕਰਾਇਆ, ਡਾਕਟਰ ਕਹਿੰਦੇ ਵੇਟ ਓਵਰਵੇਟ ਕਰਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ, ਮੇਰੀ ਲਾਈਫ ਇੰਨੀ ਸਕਰੂ ਅਪ ਹੋ ਗਈ ਸੀ, ਮੈਨੂੰ ਸਮਝ ਹੀ ਨਹੀਂ ਲੱਗਦੀ ਸੀ ਮੈਂ ਕੀ ਕਰਾਂ। ਅਤੇ ਫਿਰ ਮੈਂ ਡਾਕਟਰ ਸੂਤ ਨਾਲ ਗੱਲ ਕੀਤੀ ਇੱਥੇ ਆ ਕੇ, ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ ਅਤੇ ਮੈਨੂੰ ਦੱਸਿਆ ਜੀ ਕੀ ਉਹ ਟ੍ਰੀਟਮੈਂਟ ਕਰਦੇ ਆ ਸਰਜਰੀ ਲਈ, ਅਤੇ ਮੈਨੂੰ ਉਹਨਾਂ ਨਾਲ ਡਿਸਕਸ ਕਰਕੇ ਕਾਫੀ ਕੋਨਫੀਡੈਂਸ ਲੱਗਿਆ। ਇੱਥੇ ਜੋ ਵੀ ਹੋਰ ਵੀ ਮੇਰੇ ਤੋਂ ਪਹਿਲਾਂ ਪੇਸ਼ੈਂਟ ਸੀ, ਮੈਂ ਉਹਨਾਂ ਨਾਲ ਵੀ ਡਿਸਕਸ ਕੀਤੀ ਵੀ ਕਿੱਦਾਂ, ਸਾਰਿਆਂ ਨੇ ਬਹੁਤ ਵਧੀਆ ਰੈਫਰੈਂਸ ਦਿੱਤਾ ਉਹਨਾਂ ਦੇ ਕੇ, ਫਿਰ ਮੈਨੂੰ ਡਾਕਟਰ ਸੂਤ ਨੂੰ ਮਿਲ ਕੇ ਥੋੜ੍ਹਾ ਹੌਸਲਾ ਹੋਇਆ ਵੀ ਮੈਂ ਉਹਨਾਂ ਦੀ ਟ੍ਰੀਟਮੈਂਟ ਕਰਾਂ, ਅਤੇ ਮੈਂ ਅੱਜ ਉਹ ਟ੍ਰੀਟਮੈਂਟ ਕਰਾਈ ਨੂੰ ਅੱਜ ਮੈਨੂੰ 15 ਦਿਨ ਹੋ ਗਏ ਨੇ, ਅਤੇ ਪਰ ਮੈਂ 10 ਕਿਲੋ ਲੂਜ਼ ਕਰ ਗਈ, ਅਤੇ ਮੈਂ ਬਹੁਤ ਲਾਈਟਲੀ ਫੀਲ ਕਰਦੀ ਹਾਂ ਆਪਣੇ ਆਪ ਨੂੰ, ਪਰ ਮੈਨੂੰ ਆਪਣੇ ਆਪ ਨੂੰ ਬੈਟਰ ਆ, ਅਤੇ ਮੇਰੇ ਹਸਬੈਂਡ ਵੀ ਬਹੁਤ ਹੈਪੀ ਨੇ, ਪਰ ਡਾਕਟਰ ਸੂਤ ਬਹੁਤ ਨਾਈਸ ਡਾਕਟਰ ਨੇ, ਤੁਹਾਨੂੰ ਲੱਗਣਾ ਹੀ ਨਹੀਂ ਮਿਲ ਕੇ ਤੁਸੀਂ ਡਾਕਟਰ ਨਾਲ ਡਿਸਕਸ ਕਰ ਰਹੇ ਹੋ, ਲਾਈਕ ਫਰੈਂਡਸ ਵਾਂਗੂ ਤੁਹਾਨੂੰ ਟ੍ਰੀਟ ਕਰਦੇ ਆ ਐਵਰੀਥਿੰਗ। ਇੱਥੋਂ ਮਿਲ ਕੇ ਡਾਕਟਰ ਸੂਤ ਤੋਂ ਬਾਅਦ ਸਟਾਫ ਰੀਅਲੀ ਨਾਈਸ, ਇੰਨਾ ਕੁ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਹੋਸਪਿਟਲ ਦੇ ਵਿੱਚ ਹੋ ਕਿ ਕਿਤੇ ਬਾਹਰ, ਕਿਤੇ ਫਰੈਂਡਸ ਸਾਰੇ ਟੋਟਲੀ ਫਰੈਂਡਸ ਹੈਗੇ ਆ। ਮੈਂ ਸਰਜਰੀ ਕਰਾਈ ਹੈ ਪਰ ਮੈਂ ਬਹੁਤ ਬੈਟਰ ਫੀਲ ਹੋ ਰਿਹਾ, ਅਤੇ ਮੈਂ ਹੁਣ ਡਾਕਟਰ ਸੂਤ ਨਾਲ ਪ੍ਰੋਮਿਸ ਕੀਤਾ ਮੈਂ ਬੇਬੀ ਲਈ ਟਰਾਈ ਕਰ ਰਹੀ ਹਾਂ, ਮੈਂ ਕਿਹਾ ਜਦੋਂ ਮੈਂ ਬੇਬੀ ਪ੍ਰੈਗਨੈਂਸ ਹੋ ਗਈ ਸਾਰਿਆਂ ਤੋਂ ਪਹਿਲਾਂ ਮੈਂ ਡਾਕਟਰ ਸੂਤ ਨੂੰ ਐਪਰੀਸ਼ੀਏਟ ਕਰਨ ਲਈ ਮੈਂ ਮੇਰੇ ਹਸਬੈਂਡ ਆਵਾਂਗੀ ਇੱਥੇ ਮੋਗੇ ਦੇ ਵਿੱਚ ਮੇਨ ਸੈਂਟਰ 'ਚ। ਕੋਈ ਡਰਨ ਵਾਲੀ ਗੱਲ ਨਹੀਂ, ਕੁਛ ਵੀ ਨਹੀਂ ਹੈਗਾ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਰਜਰੀ ਹੋਈ ਆ, ਸੇਮ ਡੇ ਤੁਸੀਂ ਤੁਰ ਫਿਰ ਸਕਦੇ ਹੋ, ਸਟਾਫ ਬਹੁਤ ਨਾਈਸ ਆ, ਮੈਡੀਸਨ ਕੋਈ ਖਾਸ ਮੈਡੀਸਨ ਵੀ ਨਹੀਂ ਦੇ ਰਹੇ, ਜਸਟ ਮਲਟੀ ਵਿਟਾਮਿਨ ਆ ਜਿਹੜੇ ਆਫਟਰ ਟ੍ਰੀਟਮੈਂਟ ਤੁਹਾਨੂੰ ਲੈਣੇ ਪੈਂਦੇ ਆ, ਕੁਛ ਕੋਈ ਵੀਕਨੈਸ ਨਹੀਂ ਆ ਰਹੀ, ਕੋਈ ਵੀ ਪ੍ਰੋਬਲਮ ਨਹੀਂ ਆ ਰਹੀ। ਮੈਂ ਸਰਜਰੀ ਤੋਂ ਬਾਅਦ ਮੈਨੂੰ 1-2 ਦਿਨ ਮੈਂ ਹੋਸਪਿਟਲ ਬੈੱਡ 'ਤੇ ਸੀ, ਜਸਟ ਉਹ ਵੀ ਵਾਕ ਕਰ ਰਹੀ ਸੀਗੀ, ਉਸ ਤੋਂ ਬਾਅਦ ਮੇਰੀ ਫੈਮਿਲੀ 'ਚ ਐਮਰਜੈਂਸੀ ਹੋ ਗਈ, ਅਤੇ ਮੈਂ ਤੋਂ ਰੈਸਟ ਵੀ ਪ੍ਰੋਪਰ ਨਹੀਂ, ਪਰ ਮੈਨੂੰ ਕੁਛ ਵੀ ਫੀਲ ਨਹੀਂ ਹੋ ਰਿਹਾ। ਮੈਂ ਬਾਕੀ ਮੇਰੇ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਦੀ ਓਵਰਵੇਟ ਕਰਕੇ ਬੇਬੀ ਕੰਸੀਵ ਦੇ ਵਿੱਚ ਪ੍ਰੋਬਲਮ ਆ ਰਹੀ ਆ, ਉਹ ਡਾਕਟਰ ਸੂਦ ਨੂੰ ਜ਼ਰੂਰ ਇੱਕ ਵਾਰੀ ਆ ਕੇ ਮਿਲਣ, ਇਹ ਸਰਜਰੀ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਇਹਨਾਂ ਦਾ ਨਵੀਂ ਟੈਕਨੋਲੋਜੀ ਨਾਲ ਨਵਾਂ ਸੈਂਟਰ ਬਣ ਰਿਹਾ ਮੋਗੇ ਦੇ ਵਿੱਚ, ਨਵੀਂ ਟੈਕਨੋਲੋਜੀ ਆ, ਟੈਨਸ਼ਨ ਨਾ ਲਓ, ਕੋਈ ਕੱਟ ਵੱਢ ਨਹੀਂ ਕਰਦੇ, ਸਿਰਫ 1-2 ਸਟਿਚਸ ਹੀ ਲੱਗਦੇ ਆ, ਕੋਈ ਜ਼ਿਆਦਾ ਨਹੀਂ ਹੈਗਾ, ਅਤੇ ਟੈਨਸ਼ਨ ਫ੍ਰੀ ਹੋ ਕੇ ਇੱਕ ਵਾਰੀ ਡਾਕਟਰ ਸੂਦ ਨੂੰ ਜ਼ਰੂਰ ਆ ਕੇ ਮਿਲੋ, ਤੁਹਾਡੀ ਬਹੁਤ ਪ੍ਰੋਬਲਮ ਸੋਲਵ ਹੋ ਜਾਣਗੀਆਂ। ਮੇਰਾ ਇਹੀ ਲਾਸਟ 'ਤੇ ਮੈਸੇਜ ਆ, ਥੈਂਕ ਯੂ।